ਇਹ ਘਟਨਾ ਰਾਤ ਦੀ 11:30 ਵਜੇ ਦੇ ਕਰੀਬ ਹੈ ਨਾ, ਇੱਕ ਟ੍ਰੇਨ ਦੀ ਫੇਟ ਵੱਜਣ ਕਾਰਨ ਇੱਕ ਨੌਜਵਾਨ ਦੀ ਮੌਤ ਹੋਈ ਆ, ਅਤੇ ਜਿਹਦੀ ਅਸੀਂ ਡੈੱਡ ਬੋਡੀ ਡੈੱਡ ਹਾਊਸ ਸੁਲਤਾਨਪੁਰ ਲੋਧੀ ਜਮ੍ਹਾਂ ਕਰਾਈ ਆ, ਅਤੇ ਉਹਦੀ ਕਾਰਵਾਈ ਕਰ ਰਹੇ ਹਾਂ ਜੀ, ਉਹਦੀ 174 ਦੀ ਕਾਰਵਾਈ ਕਰ ਰਹੇ ਹਾਂ। ਪਰਿਵਾਰ ਦਾ ਕਹਿਣਾ ਹੈ ਕਿ ਉਸਦਾ ਕਤਲ ਹੋਇਆ ਹੈ, ਕੀ ਇਹਦੇ ਬਾਰੇ ਕੁਝ? ਹਾਲਾਤਾਂ ਤੋਂ ਇਹ ਰੇਲਵੇ ਐਕਸੀਡੈਂਟ ਲੱਗਦਾ ਜੀ। ਅਗਰ ਪਰਿਵਾਰ ਫਿਰ ਵੀ ਕਿਸੇ 'ਤੇ ਪਰਿਵਾਰ ਨੂੰ ਸ਼ੱਕ ਆ, ਪਰਿਵਾਰ ਸਾਡੇ ਸੀਨੀਅਰ ਅਫਸਰਾਂ ਨੂੰ ਐਪਲੀਕੇਸ਼ਨ ਦੇਵੇ, ਜਿੱਤੇ ਸ਼ੱਕ ਆ ਉਹਦੀ ਅਸੀਂ ਛਾਣਬੀਣ ਕਰਾਂਗੇ ਅਤੇ ਉਹਦੇ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅਤੇ ਹੁਣ ਤੱਕ ਜਿਹੜੀ ਕੀ ਕਾਰਵਾਈ ਤੁਹਾਡੇ ਵੱਲੋਂ ਅਮਲ 'ਚ ਲਿਆਂਦੀ ਗਈ ਹੈ? ਹੁਣ ਅਸੀਂ 174 ਦੀ ਕਾਰਵਾਈ ਪੂਰੀ ਕਰ ਰਹੇ ਹਾਂ ਜੀ ਉਹਦੀ। ਅਤੇ ਬੋਡੀ ਫਿਲਹਾਲ ਕਿੱਥੇ ਹੈ? ਬੋਡੀ ਡੈੱਡ ਹਾਊਸ ਆ ਜੀ, ਅਤੇ ਬਾਅਦ ਪੋਸਟਮਾਰਟਮ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। ਸਪਸ਼ਟ ਹੋਇਆ ਕਿ ਵਾਕਿਆ ਗੱਡੀ ਦੀ ਫੇਟ ਵੱਜੀ ਹੈ? ਮੌਕੇ ਦੇ ਹਾਲਾਤਾਂ ਤੋਂ ਤਾਂ ਸਪਸ਼ਟ ਹੀ ਆ ਜੀ, ਫੇਟ ਵੱਜਣ ਕਾਰਨ ਹੀ ਹੋਇਆ ਜੀ। ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ? ਸੀਸੀਟੀਵੀ ਕੈਮਰੇ ਖੰਗਾਲ ਰਹੇ ਹਾਂ, ਅਗਰ ਇਹਨਾਂ ਨੂੰ ਸ਼ੱਕ ਆ ਉਹਨਾਂ ਤੋਂ ਕੈਮਰਿਆਂ ਤੋਂ ਕੋਈ ਵੀ ਸਬੂਤ ਸਾਹਮਣੇ ਆਇਆ ਤਾਂ ਉਹਦੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਮੇਰਾ ਨਾਮ ਪਰਮਜੀਤ ਕੌਰ ਆ, ਡਡਵਿੰਡੀ ਦੇ ਰਹਿਣ ਵਾਲੇ ਹਾਂ। ਮੇਰਾ ਪੁੱਤ, ਮੇਰੇ ਪੁੱਤ ਦੇ ਮਗਰ ਇੱਕ ਕੁੜੀ ਲੱਗੀ ਹੋਈ ਸੀ, ਸਿੱਧੀ ਸਾਡੇ ਘਰੇ ਆ ਜਾਂਦੀ ਸੀ, ਸਿੱਧੀ ਸਾਡੇ ਘਰੇ ਆ ਜਾਂਦੀ ਸੀ, ਆਣ ਕੇ 9-9 ਵਜੇ ਮੋਟਰਸਾਈਕਲ 'ਤੇ ਆਉਂਦੀ ਸੀ, ਆਣ ਕੇ ਮੇਰੇ ਪੁੱਤ ਨੇ ਜੇ ਕਿਤੇ ਫੋਨਾ ਚੱਕਣਾ ਉਹਦੇ ਨਾਲ ਲੜ ਪੈਣਾ, ਮੈਂ ਉਹਦੇ ਗਾੜੀ ਹੱਥ ਜੋੜੇ, ਧੀਏ ਸਾਡੇ ਘਰੇ ਨਾ ਆਇਆ ਕਰ, ਪੁੱਤ ਸਾਡੇ ਘਰੇ ਨਾ ਆਇਆ ਕਰ, ਜੇ ਤੂੰ ਵਿਆਹ ਕਰਾਉਣਾ ਮੈਂ ਤੇਰਾ ਵਿਆਹ ਕਰ ਦਿੰਦੀ ਹਾਂ। ਪਰ ਉਹ ਨਸ਼ੇ ਕਰਦੀ, ਨਸ਼ੇ ਵੇਚਦੀ ਸੀ, ਨਸ਼ੇ ਕਰਦੀ, ਨਸ਼ੇ ਵੇਚਦੀ ਸੀ। ਮੇਰੇ ਪੁੱਤ ਲੈ ਲਿਆ ਉਸ ਜਨਾਨੀ ਨੇ, ਉਸ ਜਨਾਨੀ ਨੇ ਮੇਰਾ ਪੁੱਤ ਲੈ ਲਿਆ। ਮੇਰਾ ਪੁੱਤ ਨਹੀਂ ਲੱਭਣਾ, ਅੱਜ ਦਾ ਗਿਆ ਮੈਨੂੰ ਨਹੀਂ ਲੱਭਣਾ, ਉਹ ਮੁਲਕਾ ਮੈਨੂੰ ਨਹੀਂ ਲੱਭਣਾ, ਉਹ ਮੇਰਾ ਪੁੱਤ ਲੈ ਲਿਆ, ਉਹ ਮੇਰਾ ਪੁੱਤ ਲੈ ਲਿਆ ਓਏ, ਉਹ ਮੇਰਾ ਪੁੱਤ ਸ਼ਰਾਬ ਨਹੀਂ ਪੀਂਦਾ। ਉਹ ਜਨਾਨੀ ਨੇ ਸ਼ਰਾਬ ਪੀਣ ਵੀ ਲਾ ਤਾ, ਉਹਨੇ ਡੋਡੇ ਖਾਣ ਵੀ ਲਾ ਤਾ, ਮੇਰੇ ਪੁੱਤ ਨੂੰ ਫੀਮਾਂ ਵੀ ਦਿੰਦੀ ਸੀ, ਮੇਰੇ ਪੁੱਤ ਨੂੰ ਫੀਮ ਦੇ ਕੇ ਬਿਮਾਰ ਕਰਤਾ। ਮੈਂ ਦਵਾਈਆਂ ਲਿਆ ਲੜ ਪੁੱਤ ਠੀਕ ਕੀਤਾ, ਉਹ ਮੈਂ ਦਵਾਈਆਂ ਲੈ ਲਿਆ ਪੁੱਤ ਠੀਕ ਕੀਤਾ, ਉਹ ਮੈਂ ਨਿੰਬੂ ਪਾਣੀ ਪਿਆ ਪਿਆ ਪੁੱਤ ਠੀਕ ਕੀਤਾ। ਉਹ ਜਨਾਨੀ ਲੁੱਚੀ ਸੀ, ਉਹ ਜਨਾਨੀ ਨੇ ਮੇਰਾ ਪੁੱਤ ਲੈ ਲਿਆ। ਮੇਰਾ ਪੁੱਤ ਗੁਲਸ਼ਨ, ਉਹਦੀ 28 ਸਾਲ ਉਮਰ ਸੀ, 28 ਸਾਲ ਮੇਰੇ ਪੁੱਤ ਦੀ ਉਮਰ ਸੀਗੀ। ਰਾਤ ਨੂੰ ਘਰੋਂ ਫੋਨ ਕਰਕੇ ਸੱਦ ਲਿਆ ਉਹਨੇ ਸੱਦ ਲਿਆ, ਮਗਰ ਬੰਦੇ ਲਾ ਕੇ ਮੇਰਾ ਪੁੱਤ ਮਰਵਾ ਤਾ, ਮੇਰਾ ਪੁੱਤ ਮਰਵਾ ਤਾ। ਫੋਨਾ ਤੇ ਡਿਟੇਲਾਂ ਕਢਾ ਲਓ, ਉਹਦਾ ਹੀ ਨੰਬਰ ਆਊਗਾ, ਉਹਦੇ ਨਾਲ ਹੀ ਗੱਲਾਂ ਕਰਦਾ ਸੀ, ਉਹਦੇ ਨਾਲ ਹੀ ਗੱਲਾਂ ਕਰਦਾ ਸੀ। ਮੋਟਰਸਾਈਕਲਾਂ ਤੇ ਸਾਡੇ ਪਿੰਡ ਰਾਤ ਰਾਤ ਨੂੰ ਮੇਰੇ ਘਰੇ ਆਉਂਦੀ ਸੀ, 9-9 ਵਜੇ, 1-1 ਵਜੇ। ਕਿਹੜੀ ਕੁੜੀ 1 ਵਜੇ ਘਰੇ ਮੋਟਰਸਾਈਕਲ ਚੱਕਦੀ ਆਉਂਦੀ? 1 ਵਜੇ ਮੈਂ ਹੱਥ ਜੋੜਨੇ, ਧੀਏ ਸਾਡੇ ਘਰੇ ਨਾ ਆਇਆ ਕਰ, ਜੇ ਤੂੰ ਵਿਆਹ ਕਰਾਉਣਾ ਤੇਰਾ ਕਰ ਦਾਂਗੇ। ਮੈਂ ਕਹਿੰਦੀ ਮੇਰੀ ਮਾਂ ਨੂੰ ਪਤਾ ਤੂੰ ਅੱਧੀ ਰਾਤ ਕਿਉਂ ਆਉਣੀ ਆ, ਤੂੰ ਦਿਨੇ ਆ ਜੇ, ਤੇਰੀ ਮਾਂ ਨੂੰ ਪਤਾ, ਤੂੰ ਵਿਆਹ ਕਰਾ ਲਾ, ਤੂੰ ਕਾਹਤੋਂ ਮੇਰਾ ਪੁੱਤ ਲੈ ਲਿਆ? ਉਹ ਲੁੱਚੀ ਸੀ ਕੁੜੀ, ਆਏ ਮੇਰਾ ਪੁੱਤ, ਓਏ ਰੱਬਾ ਮੇਰਾ ਪੁੱਤ ਲੈ ਲਿਆ ਓਏ।